ਤੁਹਾਡਾ ਸਾਰਿਆਂ ਸਾਡੇ ਚੈਨਲ 'ਤੇ ਸਵਾਗਤ ਆ। ਉਮੀਦ ਕਰਦੇ ਹਾਂ ਤੁਸੀਂ ਵੀ ਠੀਕ ਹੋਵੋਗੇ। ਅੱਜ ਮਾਝੇ ਵੇਚਣੀ ਹੈਗੀ, ਤੀਸਰਾ ਸੂਆ ਮਾਝੇ ਦਾ, ਸੂਣ ਵਾਲੀ ਆ, 5-6 ਦਿਨ ਲਊਗੀ। ਤੁਹਾਡੇ ਸਾਹਮਣੇ ਆ ਮਾਝੇ, ਤੁਸੀਂ ਦੇਖ ਲਓ। ਪਹਿਲਾਂ ਤੁਹਾਨੂੰ ਮਾਝੇ ਦਿਖਾ ਦਿੰਦੇ ਹਾਂ, ਖੜੀਏ ਦਿਖਾ ਦਿੰਦੇ ਹਾਂ, ਫਿਰ ਤੁਹਾਨੂੰ ਤੋਰ ਕੇ ਦਿਖਾ ਦਿੰਦੇ ਹਾਂ। ਥੋੜ੍ਹਾ ਡਰਦੀ ਆ, ਕਿਉਂ ਇੱਥੇ ਉੱਪਰਾ ਬੰਦਾ ਕੋਈ ਆਉਂਦਾ ਨਹੀਂ, ਤਾਂ ਕਰਕੇ ਡਰਦੀ ਆ। ਆਹ ਦੇਖ ਲਓ, ਤੁਹਾਨੂੰ ਚੱਟਾ ਚੁੱਟਾ ਦਿਖਾ ਦਿੰਦਾ ਵਿੱਚੋਂ। ਬਸ ਪੁੱਤ, ਬਸ ਬਸ ਪੁੱਤ, ਬਸ ਅੱਧੀ ਤਾਂ ਮੇਰੇ 'ਤੇ ਡਰੀ ਜਾਂਦੀ ਇਹ। ਹਾਂ, ਬਾਕੀ ਤੁਸੀਂ ਦੇਖੋਗੇ। ਸੁਣ, ਨੰਬਰ ਵੀਡੀਓ ਦੇ ਐਂਡ ਦੇ ਵਿੱਚ ਪਾ ਦਾਂਗੇ। ਬਾਹਲੀ ਵੱਡੀ ਵੀਡੀਓ ਮੈਂ ਨਹੀਂ ਕਰਦਾ, ਸ਼ੋਰਟ 'ਚ ਪਾ ਦਿੰਦਾ। ਅਰੇ ਤੁਹਾਨੂੰ ਤੋਰ ਕੇ ਦਿਖਾ ਦਿੰਦੇ ਮੱਝ ਹੁਣ। ਲਓ ਤੁਸੀਂ ਦੇਖ ਲਓ, ਆਹ ਲੰਘ ਜਾਓ ਤੁਸੀਂ ਅੰਕਲ, ਇੱਥੋਂ ਹੀ ਲੈ ਕੇ ਲੰਘ ਜਾਓ, ਲੰਘ ਜਾਓ, ਲੰਘ ਜਾਓ। ਕਿਉਂ ਡਰਦੀ ਹੈ ਥੋੜ੍ਹਾ ਜਿਹਾ, ਉੱਪਰਾ ਕਰਦੀ ਹੈਗੀ। ਆਹ ਦੇਖ ਲਓ, ਬਾਕੀ ਤੁਸੀਂ ਜਦੋਂ ਆਉਂਗੇ ਕਿਉਂ ਦੇਖ ਕੇ ਲਓਗੇ ਮੱਝ, ਤੁਸੀਂ ਉਦੋਂ ਦੇਖ ਲਿਓ। ਤੁਹਾਨੂੰ ਕਿਹੜਾ ਹੁਣ ਚੱਡਾ ਦਿਖਾ ਦਿੰਦਾ, ਬਸ ਮੋੜ ਲਓ ਅੰਕਲ, ਲੈ ਜਾਓ। ਬਸ ਬਸ ਪੁੱਤ, ਬਸ ਬਸ। ਲਓ ਵੀਰੇ, ਇਹਨਾਂ ਵੀਡੀਓ ਦੇ ਵਿੱਚ ਵੀ ਨੰਬਰ ਬੋਲ ਦਿੰਦੇ ਹਾਂ ਅਤੇ ਨੀਚੇ ਵੀ ਨੰਬਰ ਪਾ ਦਾਂਗੇ, ਅਤੇ ਤੁਸੀਂ ਸੰਪਰਕ ਕਰ ਲਿਓ। ਬੋਲਿਓ ਨੰਬਰ ਬਾਈ। 77-74-73-760 ਆਹ ਗੱਲ ਕਰ ਲਿਓ ਵੀਰੇ, ਸੰਗਰੂਰ ਜ਼ਿਲ੍ਹਾ ਗਾ ਲੋਕੇਸ਼ਨ। ਬਾਕੀ ਤੁਸੀਂ ਫੋਨ 'ਤੇ ਪੁੱਛ ਲਿਓ, ਰਹਿੰਦੇ ਨੇ 5-6 ਦਿਨੇ ਫੋਨ 'ਤੇ, ਕਰ ਲਿਓ ਗੱਲ ਵੀਰੇ। ਝੋਟੀ ਵਧੀਆ ਗੀ, ਮਾੜੀ ਨਹੀਂ ਹੈਗੀ, ਸੋਹਣੀ ਹੈਗੀ, ਘਰੇ ਘੁਰੇ ਰੱਖਣ ਨੂੰ ਦੁੱਧ ਅੱਧ ਵਾਲੀ ਵਧੀਆ ਮੱਝ ਹੈਗੀ। ਵਧੀਆ ਦੁੱਧ ਦਿੱਤਾ ਪਿਛਲੇ ਸੂਏ, ਇਹ ਤਾਂ ਬਾਈ ਹੋਰਾਂ ਨੇ ਕਾਫੀ ਹੋ ਗਈਆਂ, ਤਾਂ ਕਰਕੇ ਵੇਚ ਰਹੇ ਨੇ, ਨਾ ਕਿ ਕੋਈ ਪ੍ਰੋਬਲਮ ਕਰਕੇ ਵੇਚ ਦੇਣਗੇ।